वाहेगुरु जी का खालसा वाहेगुरु जी की फतेह। चिंता की कीजिए जो अनहोनी होए, यह मार्ग संसार में नानक तीर नहीं कोए। अज मैं मनप्रीत कौर इन्हों शब्दों के रचेता गुरु तेग बहादुर जी के 400 साल गुरपुरब मौके आप जी नाल उन्होंने जीवन बारे विचार सांझे कर जा रही हाँ। सो मेरे नाल रज के फतेह बुलाओ। वाहेगुरु जी का खालसा वाहेगुरु जी की फतेह। श्री गुरु तेग बहादुर जी का जन्म 1 अप्रैल 1621 माता नानकी जी के कुखों गुरुद्वारा गुरु के मैन अमृतसर विखे होया। सिखा दे 6वें गुरु गुरु हरगोबिंद साहब जी आप जी के पिता जी सन। 1634 आप जी का ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਇਸ ਪਿੱਛੋਂ 1664 ਨੂੰ ਸਿੱਖਾਂ ਦੇ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਗੱਦੀ ਦੇ 9ਵੇਂ ਵਾਰਿਸ ਬਣਾਇਆ। ਇਸ ਪਿੱਛੋਂ 1666 ਨੂੰ ਆਪ ਪਟਨਾ ਸਾਹਿਬ ਬਿਹਾਰ ਵਿਖੇ ਆ ਗਏ। 5 ਜਨਵਰੀ 1660 ਨੂੰ ਬਾਲਕ ਗੋਬਿੰਦ ਰਾਏ ਜੀ ਦਾ ਜਨਮ ਹੋਇਆ। 25 ਮਈ 1675 ਨੂੰ 16 ਕਸ਼ਮੀਰੀ ਪੰਡਿਤਾਂ ਦਾ ਜਥਾ ਆਪ ਜੀ ਕੋਲ ਆਇਆ ਅਤੇ आप जी ने फरियाद की कि औरंगजेब उन्होंने जबरदस्ती मुजरमना बना रहा है। कोई भी उन्होंने मदद करने अगे नहीं आ रहा। इस पिछों 1675 आप बालक गोविंद राय जी ने गुरगद्दी के 10वें वाल स्थाप के कश्मीरी पंडितों की रक्षा करने दिल्ली वाल चल पे। उस समय आप नू औरंगजेब सामने पेश किया गया। उस समय औरंगजेब ने आप नू इस्लाम धर्म कबूल करने लई कहा, पर आप जी ने उसकी इच्छा दे उल्ट उत्तर दिंदिया कहा कि तलवारां दी नोक ते धर्म किवें बदलिया जा सकता है। इसलिए आप ਮੈਂ ਦੇ ਧਰਮ ਦਾ ਬਦਲ ਅਤੇ ਅਟਲ ਨਿਸ਼ਚੇ ਨੂੰ ਵੇਖ ਕੇ ਔਰੰਗਜ਼ੇਬ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਹੁਕਮ ਕੀਤਾ ਕਿ ਗੁਰੂ ਜੀ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਇਸ ਪ੍ਰਕਾਰ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਪਹਿਲਾਂ ਸਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਅੰਤ 11 ਨਵੰਬਰ 1675 ਨੂੰ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਜਾਵੇ ਅਤੇ ਉਹਨਾਂ ਦੀ ਦੇਹ ਦੇ 4 ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤਾ ਜਾਵੇ। ਪਰ ਹਨੇਰਾ ਹੋਣ ਕਰਕੇ ਇਸ ਗੱਲ 'ਤੇ ਅਮਲ ਨਾ ਕੀਤਾ ਜਾ ਸਕਿਆ। ਉੱਧਰ ਭਾਈ ਜੈਤਾ ਜੀ ਹਨੇਰੀ ਰਾਤ ਵਿੱਚ ਸਿਰ ਉੱਤੇ ਟੋਕਰੀ ਚੁੱਕ ਕੇ ਗੁਰੂ ਜੀ ਦਾ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਲੈ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਲਾਮਪੁਰ ਸੀਸ ਪ੍ਰਤਾਪ ਕੀਤਾ ਅਤੇ ਭਾਈ ਜੈਥਾ ਜੀ ਨੂੰ ਰੰਘੇਟਲੇ ਗੁਰੂ ਕੇ ਬੇਟੇ ਹੋਣ ਦਾ ਵਰਦਾਨ ਦਿੱਤਾ। ਵਿਸ਼ਵ ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਸਭ ਤੋਂ ਵਿਲੱਖਣ ਹੈ। ਵਿਲੱਪਣਾ ਇਸ ਗੱਲ ਵਿੱਚ ਹੈ ਕਿ ਗੁਰੂ ਜੀ ਨੇ ਕੁਰਬਾਨੀ ਆਪਣੇ ਭਾਈਚਾਰਾ ਲਈ ਨਹੀਂ ਸਗੋਂ ਮਾਨਤਾ ਨੂੰ ਬਚਾਉਣ ਲਈ ਕੀਤੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਇਹ ਸ਼ਰਧਾਂਜਲੀ ਹੋਵੇ ਕਿ ਅਸੀਂ ਮਨੁੱਖਾਂ ਦੁਆਰਾ ਬਣਾਏ ਧਰਮਾਂ ਦੇ ਉੱਪਰ ਉੱਠ ਕੇ ਸਰਬ ਸਾਂਝੇ ਧਰਮ ਅਰਥਾਤ ਅਖੰਡਤਾ, ਹਿੰਸਾ ਅਤੇ ਅਮਨ ਅਤੇ ਸ਼ਾਂਤੀ ਦੇ ਰਸਤੇ ਉੱਤੇ ਕਦਮ ਧਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ